ਪਰਸੋਂ ਅਨੰਤ ਮਾਨੀ ਅਤੇ ਰਾਧਿਕਾ ਮਰਚਨ ਦਾ ਵਿਆਹ ਹੋਣ ਜਾ ਰਿਹਾ ਅਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤੀ ਹੈ। ਆਪਣੀ ਪੇਂਟਿੰਗ ਇਹ ਪੇਂਟਿੰਗਾਂ ਦੇ ਵਿੱਚ ਮੈਨੂੰ 22 ਦਿਨ ਲੱਗੇ ਪੇਂਟਿੰਗਾਂ ਦੇ ਵਿੱਚ। ਮੇਰੀ ਤਮੰਨਾ ਹੀ ਆ ਜਿਹੜੀ ਪੇਂਟਿੰਗ ਹੈਗੀ ਆ ਉੱਥੇ ਮਾਨੀਆਂ ਉਹਦੇ ਵਿੱਚ ਲੱਗੇ। ਨਾਮ ਡਾਕਟਰ ਜਗਜੋਤ ਸਿੰਘ ਰੋਬਲ ਆ। ਮੈਂ 2007 ਤੋਂ ਪੇਂਟਿੰਗਸ ਕਰਦਾ ਪਿਆ ਰੈਗੂਲਰ ਅਤੇ ਮੈਂ ਕਾਫੀ ਮੇਰੇ ਨਾਮ ਵਰਲਡ ਰਿਕਾਰਡਸ ਹੈਗੇ ਨੇ ਅਤੇ ਹੁਣ ਅੰਬਾਨੀ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਚੱਲਦਾ ਪਿਆ ਵਾ ਅਤੇ ਉਸ ਮੌਕੇ 'ਤੇ ਮੈਂ ਵੀ ਆਪਣੀ ਇੱਕ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਸ਼ੁਭਕਾਮਨਾ ਦਿੰਦਾ ਅਤੇ ਮੈਂ ਚਾਹੁੰਦਾ ਵਾਂ ਕਿ ਇਹ ਜੋੜੀ ਨੂੰ ਇਹ ਜਿਹੜੀ ਮੇਰੀ ਪੇਂਟਿੰਗ ਆ ਇਹ ਉੱਥੋਂ ਤੱਕ ਪਹੁੰਚੇ ਅੰਬਾਨੀ ਹਾਊਸ ਦੇ ਵਿੱਚ ਅਤੇ 22 ਦਿਨ ਦੇ ਵਿੱਚ ਮੈਂ ਇਸ ਪੇਂਟਿੰਗ ਨੂੰ ਤਿਆਰ ਕੀਤਾ ਵਾ ਅਤੇ ਇਸ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ ਵਾ ਇਹ 6 ਫੀਟ ਬਾਏ 5 ਫੀਟ ਪੇਂਟਿੰਗ ਦਾ ਸਾਈਜ਼ ਆ। ਅਕ੍ਰੈਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਗਿਆ ਅਤੇ ਬਹੁਤ ਹੀ ਵੱਡੀ ਇੱਕ ਇੰਡੀਆ ਦੇ ਵਿੱਚ ਮੈਰਿਜ ਹੋਣ ਜਾ ਰਹੀ ਆ। ਜਿਸ ਤਰ੍ਹਾਂ ਕਿ ਦੇਖਿਆ ਜਾਵੇ ਹੋਲੀਵੁੱਡ ਸਟਾਰ ਆ ਰਹੇ ਨੇ, ਬੋਲੀਵੁੱਡ ਸਾਰੀ ਬੋਲੀਵੁੱਡ ਫਿਲਮ ਇੰਡਸਟਰੀ ਵਿਆਹ ਦੇ ਵਿੱਚ ਪਰਸੋਂ ਜਾ ਰਹੀ ਆ ਅਤੇ ਕ੍ਰਿਕਟਰਸ ਆ ਰਹੇ, ਲੀਡਰਸ ਆ ਰਹੇ ਨੇ ਅਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਇਹ ਜੋੜੀ ਨੂੰ ਸ਼ੁਭਕਾਮਨਾ ਦਿੱਤੀ ਆ ਅਤੇ ਮੈਂ ਚਾਹੁੰਦਾ ਵਾ ਪੇਂਟਿੰਗ ਉੱਥੇ ਮੇਰੀ ਮੁੰਬਈ ਦੇ ਵਿੱਚ ਉਹਨਾਂ ਦੇ ਹਾਊਸ ਦੇ ਵਿੱਚ ਮੈਂ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ। ਅਤੇ ਮੇਰੀ ਇਹ ਵੀ ਖੁਆਇਸ਼ ਹੈਗੀ ਮੈਂ ਥੋੜ੍ਹੀ ਦੇਰ ਵੇਟ ਕਰਾਂਗਾ ਕਿ ਅਗਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਆਉਂਦਾ ਵਾ ਗੋਲਡਨ ਟੈਂਪਲ ਮੱਥਾ ਟੇਕਣ ਆਉਂਦਾ ਤਾਂ ਮੈਂ ਪੇਂਟਿੰਗ ਨੂੰ ਗਿਫਟ ਕਰ ਸਕਾਂ। ਪਰ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਇਹ ਇੱਕ ਖੁਸ਼ੀ ਦਾ ਮਾਹੌਲ ਚੱਲਦਾ ਪਿਆ, ਹਰ ਕਲਾਕਾਰ ਆਪਣਾ ਆਪਣਾ ਕੋਈ ਨਾ ਕੋਈ ਚੀਜ਼ ਬਣਾ ਰਿਹਾ ਵਾ, ਬੋਲੀਵੁੱਡ ਸਾਰੀ ਪਹੁੰਚ ਰਹੀ, ਹਾਲੀਵੁੱਡ ਸਟਾਰਸ ਪਹੁੰਚ ਰਹੇ ਆ ਅਤੇ ਮੈਂ ਵੀ ਆਪਣੀ ਇੱਕ ਪੇਂਟਿੰਗ ਦੇ ਜ਼ਰੀਏ ਇਹਨਾਂ ਦੋਵਾਂ ਨੂੰ ਸ਼ੁਭਕਾਮਨਾ ਦਿੱਤੀ ਆ ਅਤੇ ਇਹ ਪੇਂਟਿੰਗ ਮੈਂ ਚਾਹੁੰਦਾ ਉਹਨਾਂ ਦੇ ਘਰ ਦੇ ਵਿੱਚ ਲੱਗੇ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਐਡੇ ਵੱਡੇ ਜਿਹੜੇ ਇੱਕ ਰੋਇਲ ਵੈਡਿੰਗ ਹੋ ਰਹੀ ਆ ਦੋਨਾਂ ਦੀ ਅਤੇ ਮੈਂ ਇਹ ਪੇਂਟਿੰਗ ਉੱਥੇ ਪਹੁੰਚਾਊਂਗਾ। ਸਰ ਇਹ ਪੇਂਟਿੰਗ ਨੂੰ ਬਣਾਉਣ ਦੇ ਵਿੱਚ ਮੈਨੂੰ 22 ਦਿਨ ਲੱਗੇ ਆ ਪੇਂਟਿੰਗ ਨੂੰ ਅਤੇ ਅਕ੍ਰੈਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਗਿਆ ਅਤੇ ਇਹਦਾ ਜਿਹੜਾ ਸਾਈਜ਼ ਹੈਗਾ ਵਾ 5 ਫੀਟ ਬਾਏ 6 ਫੀਟ ਇਹ ਪੇਂਟਿੰਗ ਦਾ ਟੋਟਲ ਸਾਈਜ਼ ਹੈਗਾ ਵਾ ਅਤੇ ਇਸ ਪੇਂਟਿੰਗ ਦੇ ਵਿੱਚ ਜਿਹੜੇ ਅਨੰਤ ਮਾਨੀ ਦੀ ਪੇਂਟਿੰਗ ਅਲੱਗ ਆ ਅਤੇ ਉਹ ਪੇਂਟਿੰਗ ਅਲੱਗ ਪੋਜ਼ ਨੂੰ ਮੈਂ ਇਹਨਾਂ ਨੂੰ ਕਪਲ ਪੇਂਟਿੰਗ ਬਣਾਈ ਆ। ਇਹਨਾਂ ਦੀ ਇਹ ਫੋਟੋ ਇੰਟਰਨੈਟ 'ਤੇ ਕਿਤੇ ਵੀ ਨਹੀਂ ਹੈਗੀ, ਇਹਨਾਂ ਨੂੰ ਮੈਂ ਥੋੜ੍ਹੀ ਆਪਣੀ ਕ੍ਰੀਏਟੀਵਿਟੀ ਦਿਖਾਈ ਆ ਪੇਂਟਿੰਗ ਦੇ ਵਿੱਚ।